ਵੈਸੇ ਇੰਗਲਿਸ਼ ਤਾਂ ਇੱਕ ਭਾਸ਼ਾ, ਅਸੀਂ ਕਿਤੇ ਐਡਾ ਥੋੜਾ ਜਿਹਾ ਰਾਹ ਜਾਂਦੇ ਦਿਲ ਵੰਡਦੇ ਫਿਰਦੇ। ਜਨੂਨ ਬੜਾ ਸੀ ਸੂਟਾਂ ਦਾ ਨਾ। ਗੁੱਡ ਮਾਰਨਿੰਗ, ਅੱਜ ਸੰਡੇ ਅਤੇ ਅੱਜ ਗੁਰਦੁਆਰਾ ਸਾਹਿਬ ਜਾਵਾਂਗੇ। ਸੀ ਯੂ ਅਹੈਡ, ਨਾ ਧੋ ਲਈਏ ਤਾਂ ਵਧੀਆ, ਫਰੈਸ਼ ਹੋ ਕੇ ਅਤੇ ਫਿਰ ਨਿਕਲਦੇ ਇੱਥੋਂ। ਅੱਜ ਭਾਬੀ ਤੁਸੀਂ ਵਾਹਵਾ ਤਿਆਰ ਹੋਏ ਹੋ ਨਾ, ਤੁਸੀਂ ਗੁਰਦੁਆਰਾ ਸਾਹਿਬ ਵਾਸਤੇ ਤਿਆਰ ਹੋਏ ਸੀ ਵੈਸੇ ਨਾ। ਨਹੀਂ ਮੈਂ ਸੂਟ ਪਾਵਾਂਗੀ ਗੁਰੂ ਘਰ ਜਾ ਕੇ। ਅੱਛਾ, ਸਹੀ ਹੈ। ਕਲਰ ਜਿਵੇਂ ਪਿੰਕ ਜਿਹਾ ਨਾ, ਹਾਂ ਉੱਠਦਾ ਫੇਸ ਤੇ, ਹੈ ਨਾ, ਤਾਂ ਲੱਗਿਆ ਹੋਣਾ ਬਲੈਕ ਬਲੈਕ ਜਿਹਾ ਵਾਇਰ। ਹਾਂਜੀ, ਅੱਗੇ ਬੈਠੋਗੇ ਭਾਬੀ ਜੀ ਤੁਸੀਂ? ਨਹੀਂ ਤੁਸੀਂ। ਓਕੇ, ਹਾਉ ਆਰ ਯੂ ਭਾਜੀ? ਗੁੱਡ, ਵੈਰੀ ਗੁੱਡ ਬ੍ਰੋ। ਸਿਕੰਦਰ ਕਹਿੰਦਾ ਅੱਜ ਤੁਸੀਂ ਭਾਬੀ ਲੱਗਦੇ ਹੋ ਤਿਆਰ ਤਿਆਰ ਹੋਏ। ਮੈਂ ਕਿਹਾ ਅੱਜ ਪਿੰਕ ਜਿਹਾ ਕਲਰ ਪਾਇਆ ਹੋਇਆ ਲੱਗਦਾ ਉੱਠਦਾ ਗਿਆ, ਹੈ ਨਾ, ਬਲੈਕ ਬਲੂਕ ਜੇ ਨਹੀਂ ਨਾ ਇੰਨੇ ਉਹ ਕੱਲ ਵਾਂ ਸੀ। ਸਹੀ ਹੈ ਸੀ ਭਾਈ, ਦੱਸੋ ਕੋਈ ਗੱਲ ਕਰੋ ਨਾ ਐਵੇਂ ਦਰਸ਼ਕਾਂ ਲਈ ਤੁਸੀਂ। ਟਾਕ ਇਨ ਇੰਗਲਿਸ਼ ਦਰਸ਼ਕਾਂ ਲਈ ਇੰਗਲਿਸ਼ ਚ ਆਪਣਾ ਥੋੜਾ ਹੱਥ ਤੰਗ ਹੈ, ਇਸ ਕਰਕੇ ਫਿਰ ਆਪਣੇ ਤੋਂ ਗੋਰੇ ਵੀ ਥੋੜਾ ਜਿਹਾ। ਕੀ ਕੀ ਹੁੰਦੇ ਨੇ ਕਹਿੰਦੇ ਗੋਰੇ ਆ ਕੇ ਤਾਂ ਬਸ ਖੰਡਾ ਦਾ ਉਹ ਇੰਗਲਿਸ਼ ਇਕੱਠੀ ਆਪੇ ਕਰ ਲੈਂਦੇ ਨੇ। ਇਹ ਗੱਲ ਵੀ ਇਦਾਂ ਹੀ ਆ। ਮੇਰਾ ਇੱਕ ਦੋਸਤ ਆ ਕੈਨੇਡਾ ਗਿਆ ਸੀ ਉਹ, ਹਾਂਜੀ, ਉਹਨੇ ਮੈਨੂੰ ਦੱਸਿਆ ਕਹਿੰਦਾ ਵੀ ਇਹਨਾਂ ਦੇ ਤਾਂ ਕਹਿੰਦਾ ਸਰਪੰਚ ਪੰਜ ਚਾਰ ਗੱਲਾਂ ਮੂਹਰੇ ਸਿੱਟ ਦੋ, ਇੱਕ ਦੋ ਗੱਲਾਂ ਕਹਿੰਦਾ ਉਹਨਾਂ ਦੇ ਕੰਮ ਨਹੀਂ ਆਉਂਦੀਆਂ ਨੇ, ਵੀ ਉਹ ਸਮਝ ਜਾਂਦੇ ਆ ਵੀ ਬੰਦਾ ਕੀ ਕਹਿਣਾ ਚਾਹੁੰਦਾ। ਪੰਜ ਚਾਰ ਸਿੱਟ ਦੋ, ਹਾਂ ਕਹਿੰਦਾ ਇਹਨਾਂ ਅੱਗੇ ਖੜਾ ਦੋ ਪੰਜ ਚਾਰ ਗੱਲਾਂ, ਕਹਿੰਦਾ ਚੋਗ ਆਪੇ ਲੈਂਦੇ ਆ ਚੋ। ਫਿਰ ਆਪਾਂ ਰਾਜੂ ਭਾਈ ਦੀ ਤੁਹਾਨੂੰ ਗੱਲ ਦੱਸਦਾ, ਮੈਨੂੰ ਗੱਲ ਸੁਣਾ ਰਹੇ ਸੀ, ਮੈਨੂੰ ਐਗਜੈਕਟਲੀ ਨਹੀਂ ਯਾਦ ਵੀ ਕਿਹਨੂੰ ਕਹਿ ਰਹੇ ਸੀ ਤੇ ਕਿਹਦੇ ਬਾਰੇ ਕਹਿ ਰਹੇ ਸੀ। ਕਹਿੰਦੇ ਵੀ ਜੇ ਤੁਹਾਨੂੰ ਕੋਈ ਬੰਦਾ, ਮਤਲਬ ਕੋਈ ਬਜ਼ੁਰਗ ਸੀਗਾ ਤੇ ਉਹ ਪਾਰਕ ਚ ਜਾਂਦੇ ਸੀ ਤੇ ਕਹਿੰਦੇ ਵੀ ਸਾਨੂੰ ਆਉਂਦੇ ਜਾਂਦੇ ਨਾ ਗੋਰੇ, ਹੈਲੋ ਮਾੜਾ ਹਾਏ, ਤੇ ਜਿਵੇਂ ਉਹਨਾਂ ਦੀ ਆਦਤ ਹੈ ਵਿਸ਼ ਕਰਦੇ ਆ, ਉਹ ਸਮਾਈਲ ਕਰਕੇ ਜਾਂਦੇ ਆ, ਤੇ ਉਹ ਵੀ ਮੈਂ ਉਹਨਾਂ ਨੂੰ ਵੀ ਮੈਂ ਵੀ ਕੁਛ ਕਹਿ ਪਾਵਾਂ, ਮੈਨੂੰ ਕੁਛ ਦੱਸੋ। ਅੱਛਾ, ਤੇ ਰਾਜੂ ਭਾਈ ਕਹਿੰਦੇ ਵੀ ਤੁਸੀਂ ਕਹਿਣਾ ਹੈ ਪੰਜਾਬੀ ਬੋਲਣੀ ਹੈ, ਤੁਸੀਂ ਬੋਲਣੀ ਹੈ ਵੀ ਹਵਾ ਆ ਰਹੀ ਹੈ। ਅੱਛਾ, ਠੀਕ ਹੈ ਵੀ ਤੁਸੀਂ ਬੋਲੋ ਵੀ ਹਵਾ ਆ ਰਹੀ ਹੈ, ਹਨਾ, ਤੇ ਤੁਸੀਂ ਇਹਨੂੰ ਥੋੜਾ ਟੇਢਾ ਬੋਲਣਾ ਹੈ, ਹਵਾ ਆ ਰਹੀ ਆ, ਲੱਗਣਾ ਇੰਜ ਵੀ ਹਾਓ ਆਰ ਯੂ, ਜਦੋਂ ਆਪਾਂ ਜਾਣੇ ਆ ਦੱਸਣਾ ਪੈਂਦਾ, ਹਨਾ, ਮੈਂ ਫਿਰ ਉੱਥੇ ਉਹਨਾਂ ਨਾਲ ਫਾਇਲ ਲੈ ਲੈਂਦਾ ਸੀਗਾ, ਤੇ ਪਹਿਲਾਂ ਉਹਨਾਂ ਨੂੰ ਦੱਸਣਾ ਵੀ ਮੈਨੂੰ ਇੰਗਲਿਸ਼ ਨੀ ਆਉਂਦੀ, ਆਈ ਐਮ ਟ੍ਰਾਈ ਟ੍ਰਾਈ ਅਗੇਨ। ਅੱਛਾ, ਉਹ ਕਹਿੰਦੇ ਆ ਵੀ ਨਹੀਂ ਪ੍ਰੋਬਲਮ, ਵੀ ਗੁੱਡ ਆ ਵੀ ਤੂੰ ਗੱਲ ਕਰ, ਵੀ ਗੱਲ ਕਰਕੇ ਅਸੀਂ ਤੈਨੂੰ ਸਮਝਾ ਸਕਦੇ ਹਾਂ, ਖੁੱਲ ਜਾਂਗੇ ਵੀ ਏਦਾਂ ਹੀ, ਕਹਿੰਦੇ ਸਿੱਖੋਗੇ ਤੁਸੀਂ ਇੰਗਲਿਸ਼, ਹਨਾ, ਠੀਕ ਹੈ। ਤੇ ਫਿਰ ਉੱਥੇ ਉਹਨਾਂ ਨਾਲ ਗੱਲਾਂ ਗੁੱਲਾਂ ਮਾਰੀ ਜਾਣੀਆਂ ਵੀ ਤੁਹਾਡੀ ਫੈਮਿਲੀ ਚ ਕਿੰਨੇ ਮੈਂਬਰ ਆ ਜੇ ਉਹ, ਹਨਾ, ਬੱਚੇ ਕੀ ਕਰਦੇ ਆ, ਤੇ ਏਦਾਂ ਹੀ ਉਹ ਮੈਂ ਜਦੋਂ ਜਾ ਕੇ ਖੜਨਾ ਗੇਟ ਤੇ, ਹਾਂਜੀ, ਉਹ ਕੁੜੀਆਂ ਨੇ ਪਹਿਲਾਂ ਹੀ ਹੱਸਣ ਲੱਗ ਜਾਣਾ ਵੀ ਆ ਗਿਆ, ਵੀ ਹੁਣੇ ਕੁਛ ਨਾ ਕੁਛ ਪੁੱਛੂਗਾ ਦੱਸੂਗਾ, ਬੜਾ ਮੇਰੇ ਨਾਲ ਖੁਸ਼ ਰਹਿੰਦੀਆਂ ਸੀ। ਆਪਣਾ ਕਲਚਰ ਦੱਸ ਦਿੰਦੇ ਨੇ, ਸਿਖਾ ਦਿੰਦੇ ਵੀ ਕੌਣ ਸਰਦਾਰ, ਫਿਰ ਉਹਨਾਂ ਨੂੰ ਦੱਸੀ ਦਾ ਵੀ ਆਈ ਚੱਕਰ ਹੀ ਨਹੀਂ ਹੈ, ਮਾਈ ਕੰਟਰੀ ਨੂੰ ਫਿਰ ਉਹਨਾਂ ਨੂੰ ਸਮਝਾਈ ਦਾ, ਮਾਈ ਕੰਟਰੀ ਇਨ ਇੰਡੀਆ, ਇੰਡੀਆ ਇਨ ਵਿਚ ਸਟੇਟ, ਪੰਜਾਬ, ਪੰਜਾਬ ਦਾ ਕਲਚਰ ਵੀ ਅਸੀਂ ਪੰਜਾਬੀ ਆ ਸਿੱਖ ਹਾਂ, ਫਿਰ ਉਹਨਾਂ ਨੂੰ ਇਸ ਤਰੀਕੇ ਸਮਝਾਈਦਾ ਵੀ ਸਾਨੂੰ ਸਰਦਾਰ ਜੀ ਕਹਿੰਦੇ, ਹਾਂ ਵੀ ਸਾਨੂੰ ਸਰਦਾਰ ਕਹਿੰਦੇ ਆ, ਇਦਾਂ ਸਾਡੀ ਸਰਦਾਰਾਂ ਦੀ ਕੌਮ ਆ, ਠੀਕ ਹੈ, ਤਾਂ ਕਰਕੇ ਫਿਰ ਸਰਦਾਰ ਜੀ ਕਹਿੰਦੇ ਆ ਅਸੀਂ। ਸਹੀ, ਹੁਣ ਤੂੰ ਵੀ ਸਰਦਾਰ ਜੀ ਦੂਜੇ ਪਾਸੇ ਵਾਲਾ ਲਾਲ ਨੇ ਵੀ ਘਰ ਵਾਲੇ ਨੂੰ ਸਰਦਾਰ ਜੀ ਕਹਿਣਾ, ਏਦਾਂ ਨੀ ਹੁੰਦਾ,
ਨਾਲੇ ਅਸੀਂ ਕਿਤੇ ਐਦਾਂ ਥੋੜਾ ਜੀ ਰਾਹ ਜਾਂਦੇ ਦਿਲ ਵੰਡਦੇ ਫਿਰਦੇ ਨੋ ਨੋ ਨੈਵਰ ਹੈ ਨੋ ਨੈਵਰ ਕਦੇ ਵੀ ਨਹੀਂ ਹੋ ਸਕਦਾ ਇਹ ਸਹੀ ਆਈ ਫਾਰ ਯੂ ਯੂ ਫਾਰ ਮੀ ਵੈਸੇ ਇੰਗਲਿਸ਼ ਤਾਂ ਇੱਕ ਭਾਸ਼ਾ ਹੈ ਕਈ ਵਾਰੀ ਤਾਂ ਆਪਾਂ ਉਹਨਾਂ ਨੂੰ ਕਹਿ ਵੀ ਸਲੋ ਡਾਊਨ ਹਾਂ ਸਲੋ ਫਿਰ ਉਹ ਹੌਲੀ ਬੋਲਦਾ ਸਮਝ ਆ ਜਾਂਦੀ ਹੈ ਤੇ ਫਿਰ ਵੀ ਨਾ ਸਮਝ ਆਵੇ ਫਿਰ ਆਪਣੇ ਕੋਲ ਹੱਲ ਹੈਗਾ ਵੀ ਆਪਾਂ ਹੈਂਡ ਵੀ ਕਰਿਆ ਹੁੰਦਾ ਫੋਨ ਠੀਕ ਹੈ ਸ਼ਾਵਾਂ ਨੂੰ ਲਾ ਲਈਦਾ ਜਾਂ ਜਿਹਨਾਂ ਨਾਲ ਕੰਮ ਕਰੀਦਾ ਸੀਗਾ ਉਹਨਾਂ ਨੂੰ ਲਾ ਲਈਦਾ ਸੀ ਪਰ ਮੈਂ 99% ਕੋਸ਼ਿਸ਼ ਕਰਦਾ ਸੀ ਵੀ ਮੈਂ ਆਪ ਸਮਝਾਂ ਤੇ ਆਪ ਹੀ ਗੱਲ ਕਰਾਂ ਉਹ ਫਿਰ ਏਦਾਂ ਹੀ ਵਧੀਆ ਇੱਥੇ ਮਿਲਾਊਂਗਾ ਜੇ ਆਪਣੇ ਅਪਾਰਟਮੈਂਟ 'ਚ ਜੇ ਉਹ ਨਿਕਲਿਆ ਗੋਰਾ ਠੀਕ ਤੇ ਉਹ ਮੇਰੇ ਨਾਲ ਗੱਲ ਗੁੱਲ ਕਰ ਲੈਂਦਾ ਹੁੰਦਾ ਉਹ ਮੇਰੇ ਨਾਲ ਗੱਲ ਤਾਂ ਕਰਦਾ ਉਹਨੂੰ ਇਹ ਹੁੰਦਾ ਵੀ ਇਹ ਖੁੱਲੇ ਬੋਲੇ ਹਨਾ ਇੱਕ ਦਿਨ ਮੈਂ ਅੱਧਾ ਪੌਣਾ ਘੰਟਾ ਉਹਦੇ ਕੋਲ ਖੜਿਆ ਰਿਹਾ ਵਧੀਆ ਹੀ ਗੱਲਾਂ ਗੁੱਲਾਂ ਕੀਤੀਆਂ ਤੇ ਬਾਕੀ ਬਾਬਾ ਸੌਖਾ ਰੱਖੇ ਜਾਂ ਹੁਣ ਇਹਦੀਆਂ ਕਲਾਸਾਂ ਲਵਾਂਗੇ ਜਾਂ ਫਿਰ ਜਿੱਦਾਂ ਜਦੋਂ ਸਾਹ ਸੌਖਾ ਹੋ ਗਿਆ ਹਨਾ ਹਾਂਜੀ ਫਿਰ 5-4 ਮਹੀਨੇ ਆਪਾਂ ਸਟੋਰ ਤੇ ਜੋਬ ਕਰਕੇ ਠੀਕ ਐਕਸਪੀਰੀਅੰਸ ਲਵਾਂਗੇ ਤੇ ਫਿਰ ਆਪਾਂ ਇੰਗਲਿਸ਼ ਇੰਪਰੂਵ ਕਰਨੀ ਹਾਂ ਇੰਗਲਿਸ਼ ਨਾਲ ਤਾਂ ਆਪਾਂ ਪੰਗਾ ਲੈਣਾ ਹੀ ਲੈਣਾ 100 ਵਾਰ ਲੋੜ ਹੁੰਦੀ ਹੈ ਤੇ ਕਹਿ ਲਓ ਵੀ ਥੈਰੇਪੀ ਹੈ ਹਾਂ ਸਹੀ ਹੈ ਇਹ ਥੋੜੀ ਸ਼ਾਪਿੰਗ ਇਹ ਇੰਡੀਆ ਵੀ ਸੀ ਮੈਂ ਤੇ ਬਰਿੰਦਰ ਦੀਦੀ ਨੇ ਨਾ ਹਾਂਜੀ ਸਿਕੰਦਰ ਐਕਟਿਵਾ ਦੀ ਚਲੀਆਂ ਗਈਆਂ ਪਟਿਆਲੇ ਅਮਲੋਹ ਤੋਂ ਪਰ ਜਨੂਨ ਬੜਾ ਸੀ ਸੂਟਾਂ ਦਾ ਨਾ ਅੱਗੋਂ ਮੇਰੇ ਮੰਮੀ ਕਹਿੰਦੇ ਦਫਾ ਹੋਵੋ ਏਡੀ ਠੰਡ ਵਿੱਚ ਦੋਵੇਂ ਸਕੂਟਰੀ ਤੇ ਆ ਗਈਆਂ ਜਨੂਨ ਵਾਲਮਾਰਟ ਦੇ ਅੰਦਰ ਸਬਵੇ ਲੈ ਇਹ ਆਪਣੇ ਪੰਜਾਬੀਆਂ ਦਾ ਸਬਵੇ ਹਾਂਜੀ ਨਾਈਸ ਹਾਂਜੀ ਉਹ ਕੋਈ ਕਿਨਕਾ ਜਾਂ ਫਸ ਗਿਆ ਹਨਾ ਕਿਤੇ ਫਿਲਟਰ ਆ ਗਿਆ ਫਿਲਟਰ ਚ ਫਿਲਟਰ ਚ ਅੱਛਾ ਜੀ ਟਰੱਕ ਦਾ ਉਹ ਚੇਂਜ ਕਰੀਦਾ ਪੰਪ ਹੁੰਦਾ ਓਇਲ ਪੰਪ ਤੇਲ ਵਾਲਾ ਪੰਪ ਠੀਕ ਤੇ ਉਹ ਮੈਨੂੰ ਜਿਹੜੇ ਹੁਣ ਆਪਣੇ ਜਾਣਕਾਰ ਨੇ ਜਿਵੇਂ ਆਪਣੀ ਗੱਲ ਹੁੰਦੀ ਰਹਿੰਦੀ ਹਨਾ ਉਹਨਾਂ ਨੇ ਮੈਨੂੰ ਦੱਸਿਆ ਸੀ ਬਾਈ ਕਹਿੰਦੇ ਚੇਂਜ ਕਰਾ ਦੇਣੀ ਵੀ ਕਈ ਵਾਰੀ ਕਿਤੇ ਆਪਾਂ ਨੂੰ ਖੜਨਾ ਪੈ ਜਾਂਦਾ ਟੋ ਹੀ ਕਰਾਉਣਾ ਪੈ ਜਾਂਦਾ ਹਾਂਜੀ ਹਾਂਜੀ ਐਮਰਜੈਂਸੀ ਪ੍ਰੋਬਲਮ ਆ ਜਾਂਦੀ ਹੈ ਹਾਂਜੀ ਅਸੀਂ ਉਹ ਚੱਕਰ 'ਚ ਛੁੱਟੀ ਸੀਗੀ ਮੈਂ ਚੱਲ ਆਪਾਂ ਉਹ ਚੇਂਜ ਕਰਾ ਲਈਏ ਉਹ ਚੇਂਜ ਕਰਾ ਕੇ ਤੁਰੇ ਜਦੋਂ ਲੈ ਕੇ ਗਏ ਲੋਡ ਇੱਕ ਸੈਕਿੰਡ ਭਾਬੀ ਹਾਂਜੀ ਸੈਕਰਾਮੈਂਟੋ ਜਾ ਕੇ ਉਹ ਪ੍ਰੋਬਲਮ ਆ ਗਈ ਠੀਕ ਹੈ ਨਕਲ ਮਾਰੀ ਕਹਿੰਦਾ ਅਕਲ ਦੀ ਵਰਤੀ ਨਾਲ ਆਪਣੇ ਮਨੋਂ ਤਾਂ ਵੀ ਇੱਕ ਅੱਧਾ ਸਪੈਲਿੰਗ ਮਿਸਟੇਕ ਕਰਕੇ ਵੀ ਓਕੇ ਹੋ ਜੂਗਾ ਸਾਡੇ ਸਟੱਡੀ ਦੇ ਕਿੱਸੇ ਨੇ ਹੌਲੀ ਹੌਲੀ ਜਿੱਦਾਂ ਜਿੱਦਾਂ ਯਾਦ ਆਉਣਗੇ ਸਿਕੰਦਰ ਸਿੰਘ ਨੂੰ ਦੱਸਦੇ ਰਵਾਂਗੇ ਤੇ ਫਿਰ ਇਹ ਆਪਣੇ ਮੈਮਰੀ 'ਚ ਨੋਟ ਕਰਦਾ ਰਹੂਗਾ ਠੀਕ ਹੈ ਚਲੀਏ ਆਪਾਂ ਸੈਰ ਤੇ ਗੋ ਫੋਰ ਵਾਕ ਗੋ ਫੋਰ ਵਾਕ ਠੀਕ ਹੈ ਚਲੋ ਗੈਟ ਅਪ ਕੋਲੇ ਵਾਲੇ ਨੂੰ ਜਣਾ ਹੋ ਜਾਣਗੇ ਗੱਲ ਤੁਸੀਂ ਇਹਨਾਂ ਦੇ ਵਾਲ ਨੂੰ ਹੱਥ ਨਹੀਂ ਲਾ ਸਕਦੇ ਹੈਗੇ ਜਦੋਂ ਇਹ ਤਿਆਰ ਤੇ ਅੱਛਾ ਇੱਥੇ ਨਹੀਂ ਇੰਡੀਆ ਇਹ ਤੇ ਨਾ ਇਹ ਤੇ ਨਾ ਕੋਈ ਇਹ ਤੇ ਤਾਂ ਚੇਂਜ ਹੋ ਗਿਆ
ਇੱਥੇ ਫਿਰ ਐਂ ਆ ਨਾ ਜਿਵੇਂ ਦੀ ਕਹਿੰਦੇ ਨੀ ਜੈਸਾ ਦੇਸ ਵੈਸਾ ਭੇਸ, ਇੱਥੇ ਇਹ ਆ ਵੀ ਕੋਈ ਕਿਸੇ ਵੱਲ ਵਹਿੰਦਾ ਨੀਗਾ, ਤੁਸੀਂ ਜਿੱਦਾਂ ਦੀ ਮਰਜ਼ੀ ਟੌਰ ਕੱਢੀ, ਕੋਈ ਫਰਕ ਨੀ ਗਾ। ਉਹ ਫਿਰ ਇੰਡੀਆ ਹੁੰਦਾ ਵੀ ਜੇ ਥੋੜੇ ਜਿਹੇ ਵਾਲ ਵੂਲ ਸੈੱਟ ਨਾ ਹੋਣ ਹਨਾ, ਅਗਲਾ ਮਹਿਸੂਸ ਕਰਦਾ ਵੀ ਯਾਰ ਬੰਦਾ ਤਿਆਰ ਨੀ ਹੋਇਆ ਰੁਲਿਆ ਕੁਲਿਆ, ਸੋ ਇਸ ਕਰਕੇ ਆਪਾਂ ਨਹੀਂ ਸੀ ਇੰਡੀਆ ਤਾਂ ਘਰ ਪਾਉਣ ਵਾਲੇ ਕੱਪੜੇ ਨਾਈਟ ਸੂਟ ਤੱਕ ਵੀ ਪ੍ਰੈਸ ਮਿਲਦੇ ਸੀ, ਤੇ ਇੱਥੇ ਆਪਾਂ ਨੂੰ ਪ੍ਰੈਸ ਦੀ ਲੋੜ ਨਹੀਂ ਪੈਂਦੀ, ਇਸ ਕਰਕੇ ਗੋਡਿਆ ਸਭ ਕੁਛ। ਪਰ ਫਿਰ ਵੀ ਬੀਬਾ ਜੀ ਕਰ ਹੀ ਦਿੰਦੇ ਆ ਪ੍ਰੈਸ, ਰੋਕਦੇ ਰੋਕਦੇ ਵੀ। ਚਲੋ ਚਲੀਏ, ਹੁਣ ਅਸੀਂ ਜਾਣੇ ਬ੍ਰੈਡਸ਼ੋ ਗੁਰਦੁਆਰਾ ਸਾਹਿਬ। ਹਾਂ ਭਾਈ ਨੇ ਆਪਣਾ ਡੋਰ ਡੈਸ਼ ਆਲਵੇਜ਼ ਨਾਲ ਹੈ, ਲੱਕੀ ਚਾਮ ਸਹੀ ਹੈ। ਯੈਸ ਬ੍ਰੋ, ਯੈਸ ਬ੍ਰਦਰ ਯਾਰ। ਅੱਛਾ ਮੈਂ ਕਿਹਾ ਕਿਤੇ ਫੋਟੋ ਖਿੱਚ ਰਹੇ? ਨਹੀਂ ਨਹੀਂ ਫੋਟੋ ਨਹੀਂ ਜੀ, ਹਾਂ ਵੀਡੀਓ ਵੀਡੀਓ। ਓਕੇ, ਸਾਡੇ ਇੱਥੇ ਸਿਕੰਦਰ ਜੀ ਗੁਰੂ ਘਰ ਨਵਾਂ ਬਣਿਆ, ਠੀਕ, ਬਾਬਾ ਜੀ ਦੀ ਮਿਹਰ ਸਦਕਾ। ਹਾਂਜੀ, ਅਤੇ ਆਪਾਂ ਉੱਥੇ ਜਾ ਰਹੇ ਹਾਂ। ਸੰਗਤਾਂ ਇੱਦਾਂ ਦੀਆਂ ਹੋ ਗਈਆਂ, ਦੇਖੋ ਜੀ ਗੁਰੂ ਘਰਾਂ 'ਚ ਵੀ ਆਪਣੀ ਚੁਆਇਸ ਰੱਖਦੀਆਂ। ਦੇਖੋ ਜੀ ਕਿਆ ਬਾਤਾਂ ਨੇ, ਕਿੱਡੇ ਸਵਾਲ ਕਰਨੀਆਂ। ਨਹੀਂ ਮੈਂ ਖੁਦ ਆ ਰਿਹਾ ਵੀ ਬਹੁਤ ਮਾੜੀ ਗੱਲ ਆ ਵੀ ਗੁਰੂ ਘਰ 'ਚ ਵੀ ਚੁਆਇਸਾਂ ਰੱਖਣੀਆਂ, ਬਹੁਤ ਮਾੜੀ ਗੱਲ ਆ। ਪਰ ਚਲੋ ਹੋ ਜਾਂਦਾ, ਫਿਰ ਵੀ ਕਦੇ ਕਦੇ ਜਾਣਾ ਤੇ ਇੰਜੋਏ ਕਰਨਾ ਤੇ ਬਾਬੇ ਦੇ ਲੜ ਲੱਗਣਾ, ਆਪ ਹੀ ਇੱਕ ਗੱਲ ਕੋਸ਼ਿਸ਼ ਕਰਾਂਗੇ ਆਪਣੀਆਂ ਗਲਤੀਆਂ ਸੁਧਾਰਨ ਦੀ।
ਇਹ ਪਹਿਲਾਂ ਗੁਰੂ ਘਰ ਸੀਗਾ। ਅੱਛਾ, ਉਹਨੂੰ ਜਦੋਂ ਬਿਲਡ ਬਾਰ ਓਕੇ 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 ਸੋਚ ਰਹੇ ਆ ਵੀ ਉੱਧਰ ਲੰਗਰ ਹਾਲ ਬਣਾਈਏ ਗੁਰੂ ਘਰ ਵਾਲੇ ਪਾਸੇ ਜਾਂ ਵੀ ਉੱਥੇ ਆਰਮੇ ਸਹੀ ਗੱਲ ਹੈ, ਉਹ ਆ ਗਿਆ ਆਪਣਾ। ਬਸ ਇਹ ਕਿ ਮੇਨਟੇਨਡ ਨਹੀਂ ਹੈ ਇਹ। ਹਾਂ, ਔਰ ਇਹ ਜੇ ਯੂਜ਼ ਹੋਏਗਾ ਤਾਂ ਗਰਾਸ ਆਪੇ ਨਹੀਂ ਉੱਗੇਗੀ। ਦੇਖੋ ਇਹ ਕਿਆ ਬਾਤਾਂ ਨੇ, ਇਹ ਆ ਚੋਬਰ ਘੁੰਮ ਕੇ ਨੇੜੇ ਹੀ ਸੀ ਕੰਮ। ਲਓ ਜੀ, ਸਾਈ ਸਾਹਿਬ ਨੇ ਤਾਂ ਇਹਦਾ ਹੱਥ ਨਾਲ ਹੀ ਪਾ ਦਿੰਦੇ ਆ, ਇੰਨਾ ਹੱਥ ਇਹਨਾਂ ਦਾ ਉੱਤੇ ਪਹੁੰਚ ਜਾਂਦਾ। ਕਿਆ ਤਜਰਬਾ! ਇਹ ਕਹਿੰਦੇ ਵੀ ਮੁੰਡਾ ਆਪਣੇ ਟਾਈਮ 'ਚ ਖੇਡਦਾ ਰਿਹਾ, ਜਿੱਦਾਂ ਦਸਵੀਂ ਗਿਆਰਵੀਂ ਬਾਰਵੀਂ ਉਦੋਂ ਇਹਨੇ ਮੁੰਡੇ ਨੇ ਵਾਲੀਬਾਲ ਖੇਡੀ ਹੈ ਅਤੇ ਬੜੀਆਂ ਧੂੜਾਂ ਪੱਟੀਆਂ ਸਾਈ ਸਾਹਿਬ ਨੇ। ਯੈਸ, ਇਹ ਲੰਮੇ ਹੋਣ ਦਾ ਫਾਇਦਾ ਉਠਾਉਂਦਾ ਹੋਇਆ ਮੁੰਡਾ ਹੱਥ ਨਾਲ ਹੀ ਪਾ ਗਿਆ, ਇਸ ਕਰਕੇ ਵਿਰਾਜ ਨੂੰ ਕੰਪੀਟੀਸ਼ਨ 'ਚ ਵਿਰਾਜ ਨੂੰ ਔਖਾ ਹੋਣਾ ਪੈਂਦਾ। ਹਾਂਜੀ, ਕਹਿੰਦੇ ਬਹੁਤ ਪਸੰਦ ਆ ਚੋਬਰ ਨੂੰ, ਇਸ ਕਰਕੇ ਫਿਰ ਟਾਈਗਰ ਲੈ ਲਿਆ ਸੀ, ਕਿਉਂਕਿ ਬੰਦਾ ਆਪ ਵੀ ਸ਼ੇਰ ਹੀ ਆ। ਪਾ ਗਿਆ ਵੀ ਕਹਿੰਦੇ ਚੋਬਰ ਪੁੱਠੀ ਪਾ ਗਿਆ, ਜਿੱਦਾਂ ਕਬੱਡੀ ਵਾਲੇ ਪੁੱਠੀ ਕੈਂਚੀ ਲਾ ਕੇ ਉਹਨੂੰ ਪੁੱਠੀ ਕਹਿ ਦਿੰਦੇ ਆ, ਇੱਦਾਂ ਕੁੰਵਰ ਸ਼ਾਹ ਦੇਵ ਸਿੰਘ ਜੀ ਨੇ ਪਾਈ ਆ ਪੁੱਠੀ। ਕਿਆ ਬਾਤਾਂ ਨੇ! ਲਓ ਜੀ, ਘੱਟ ਕਹਿੰਦੇ ਇੱਧਰ ਟਿੱਡਾ ਵੀ ਨਹੀਂ ਆ, ਇਹ ਵੀ ਕਹਿੰਦਾ ਮੈਂ ਵੀ ਘੱਟ ਨਹੀਂ ਆ ਕਿਸੇ ਨਾਲੋਂ। ਨਹੀਂ, ਹੁਣ ਤਾਂ ਪੱਕੇ ਅਮਰੀਕਾ 'ਚ ਐਲਗਰੋ ਵਾਲੇ ਬਣ ਗਏ ਨੇ।
ਇਹ ਕੀ ਬਾਤ ਹੈ। ਦੇਖੋ ਜੀ ਚੜ੍ਹਾਈ ਆ ਅੰਬਾਲੇ ਵਾਲਿਆਂ ਦੀ ਵੀ ਇੱਥੇ ਸਾਡੇ ਐਲ ਗਰੋਵ ਚ ਇਹਦੇ ਨਾਲ ਸਾਹੀ ਲਿਖਣਾ ਬਾਕੀ ਆ ਬਾਕੀ ਗੱਲਾਂ ਕੱਢਣ ਪੂਰੀ ਸੋਹਣੀ ਸੋਹਣੀ ਜੈਕਟ ਆ ਆ ਚੀਪੀਆਂ ਚੁਪੀਆਂ ਨਹੀਂ ਨਹੀਂ ਨਾਈਸ ਹੈ ਨਾ ਪਾ ਕੇ ਦੇਖੋ ਪਾ ਕੇ ਦੇਖੋ ਚੀਪੀਆਂ ਨੂੰ ਕਿ ਦੇਖ ਲੋ ਇਹ ਵੀ ਮਾਡਰਨ ਹੀ ਹੈ ਪੈਜ ਨੂੰ ਫੋਲੋ ਕਰ ਗਾਇਸ ਪੈਜ ਨੂੰ ਫੋਲੋ ਆਓ ਫੇ ਫੋਕਸ ਥਿਸ ਇਜ਼ ਫॉर ਯੂ ਟੂ ਉਹ ਨਹੀਂ ਪਾ ਦੇ ਰਹੇ ਓ ਯਾ ਦਾਰੂ ਪੀਤੀ ਮੁਰਗੇ ਖਾ ਖਾ ਵਧਾਇਆ ਹੁਣ ਤੁਸੀਂ ਕਹਿੰਦੇ ਹੋ ਪਤਲੇ ਹੋ ਜਾਣਾ ਮਿਹਨਤ ਨਾਲ ਆਇਆ ਬਾਹਰ ਸਹੀ ਗੱਲ ਹੈ ਵਾਪਸ ਨਹੀਂ ਭਾਜੀ ਬਹੁਤ ਵਧੀਆ ਲੱਗੀ ਤੁਹਾਡੇ ਗੋਡਿਆ ਹੁਣ ਅਸੀਂ ਇੱਥੋਂ ਥੋੜ੍ਹੀ ਜਿਹੀ ਭਾਜੀ ਵਾਸਤੇ ਸ਼ੋਪਿੰਗ ਕਰਕੇ ਥੋੜ੍ਹੀਆਂ ਟੀ ਸ਼ਰਟਾਂ ਲੈਣੀਆਂ ਸੀ ਉਹ ਲੈ ਕੇ ਅਤੇ ਹੁਣ ਅਸੀਂ ਚੱਲੇ ਹਾਂ ਘਰੇ ਚਾਹ ਬਣਾਉਣੀ ਦੁੱਧ ਬਣਾਉਣਾ ਇਹ ਸਵੇਰੇ ਬੱਚਿਆਂ ਨੂੰ ਜਿਹੜਾ ਦੇਣਾ ਇਹਦੀ ਡਿਊਟੀ ਲਾਇਓ ਸੋ ਮੈਨੀ ਬੈਗਸ ਯੈਸ ਇਹ ਸਾਡੀ ਸਾਰੀ ਸ਼ੋਪਿੰਗ ਆ ਅਮੈਰੀਕਾ ਦੀ ਅਤੇ ਹੁਣ ਆਪਾਂ ਪੈਕ ਕਰਕੇ ਰੱਖਦੇ ਹਾਂ ਇਹਨੂੰ ਮੈਂ ਵੀ ਕਾਫੀ ਖਲਾਰਾ ਪਾਇਆ ਹੋਇਆ ਵੈਸੇ ਆਪਣੇ ਕੱਪੜਿਆਂ ਕੁੱਪੜਿਆਂ ਦੇ ਹੁਣ ਆਪਣਾ ਅਤੇ ਦਿਸ ਇਜ਼ ਸਮਥਿੰਗ ਵੀ ਬੋਟ ਫਰੋਮ ਵਾਲਮਾਰਟ ਯੈਸ ਵਾਲਮਾਰਟ ਐਂਡ ਜਸਟ ਗੋਨਾ ਪੈਕ ਆਲ ਦਿਸ ਐਂਡ ਮੈਂ ਨਹੀਂ ਚਾਹੁੰਦਾ ਕਿ ਮੈਂ ਜਿੰਨੇ ਬੈਗ ਲੈ ਕੇ ਆਇਆ ਉਸ ਤੋਂ ਜ਼ਿਆਦਾ ਕੁਛ ਲੈ ਕੇ ਜਾਵਾਂ ਬਟ ਹੋਪਫੁਲੀ ਇਹ ਸਾਰਾ ਕੁਛ ਸਾਰੇ ਬੈਗ ਜਿੰਨਾ ਵੀ ਮਾਮਲਾ ਸਾਰਾ ਕੁਛ ਇਹਨਾਂ ਦੋਨਾਂ ਤਿੰਨਾਂ ਦੇ ਵਿੱਚ ਹੀ ਆ ਜਾਵੇ ਇੱਥੋਂ ਆਪਾਂ ਨੂੰ ਹੋਰ ਨਾ ਲੈਣਾ ਪਵੇ ਨਾਈਸ ਵਨ ਕੁਛ ਨਵਰੀਤ ਦਾ ਕੁਛ ਸਹਿਰ ਦਾ ਕੁਛ ਮੇਰਾ ਹੈ ਅਮੈਰੀਕਨ ਆਈਸਕ੍ਰੀਮ ਖਾਣੀ ਹੈ ਕਿਹੜੀ ਹੈ ਇਹ ਹੈਗੀ ਹੈ ਓ ਕੁਕੀਜ਼ ਐਂਡ ਕ੍ਰੀਮ ਟਿਲਾਮੁਕ ਇਜ਼ ਦ ਬ੍ਰੈਂਡ ਹੈ ਯਾ ਟਿਲਾਮੁਕ ਯਾਰ ਪਾ ਦੋ ਦੋ ਸਕੂਪ ਪਾ ਦੋ ਨਾਈਸ ਜੇ ਜੋਏ ਆਈਸਕ੍ਰੀਮ ਹਾਂਜੀ ਆ ਫਾਰਮ ਬੜੀ ਪਸੰਦ ਹੈ ਇਹਨਾਂ ਤਾਂ ਬੜੀ ਸੀ ਕਿ ਇਹਨਾਂ ਦਾ ਮੌਕਾ ਹੋਵੇਗਾ ਆਈਸਕ੍ਰੀਮ ਤੋਂ ਜਿਹੜੇ ਵਰਗੇ ਆਈਸਕ੍ਰੀਮ ਦੇ ਦੋ ਪਾਣੀ ਖਾ ਲੈਂਦੇ ਵਧੀਆ ਚਲੋ ਕਰੀਏ ਇੰਜੋਏ ਲੇਟ ਕੇ ਕਰੇਗਾ ਓਕੇ ਸੱਚੀ ਗੱਲ ਚਲੋ ਮੰਮਾ ਆਉਂਦੇ ਨੇ ਹਨਾ ਕਿਹੜਾ ਕੰਮ ਕਰਦੇ ਸੀ ਤੁਸੀਂ ਉਹ ਫਰੂਟ ਵਾਲੇ ਫਰੂਟ ਕਟਿੰਗ ਦਾ ਕਹਿੰਦਾ ਉਹ ਯਾਰ ਮੁੰਡੇ ਸਿੰਪਲ ਬਾਡਿੰਗ ਚ ਦੱਸਿਆ ਨਾ ਪਹਿਲਾਂ ਪੂਰੀ ਐਕਟਿੰਗ ਕਰਕੇ ਦੱਸਣਾ ਯਾਰ ਹਾਂ ਗੁਰਵੰਤ ਭਾਜੀ ਕਿੱਥੇ ਨੇ ਗੁਰਵੰਤ ਭਾਜੀ ਇੱਥੇ ਹੀ ਤੇ ਸੀਗੇ ਮੈਨੂੰ ਪੂਰਾ ਯਾਦ ਨਹੀਂ ਠੀਕ ਹੈ ਅੱਛਾ ਹਾਏ ਗੁਰਵੰਤ ਸਣਦੀਆਂ ਦੇ ਨੇ ਜਿਹੜੇ ਇੱਥੇ 16 ਘੰਟੇ ਦਾ ਖਟਾ ਖਟਾ ਕੇ ਫੂਡ ਖਟਾਇਆ ਨਾ ਉਹਨੇ ਮੇਰਾ ਕੰਮ ਬਸ ਕੀਤਾ ਹੈ
8 ਘੰਟੇ ਦਾ ਠੀਕ ਸੀਗੇ ਪਹਿਲਾਂ ਯਾਰ ਫਰੂਟ ਕੱਟਣੇ, ਉਹ ਜਿਹੜੇ ਮੀਂਗਣੀਆਂ ਨੇ ਉਹ ਜੇ 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 ਤੇਜ਼ ਕਰਕੇ ਹੱਥ ਚਲਾਉਂਦੀਆਂ ਨੇ, ਹੁਣ ਆਪਣੇ ਤੋਂ ਪੰਜਾਬੀਆਂ ਤੋਂ ਕਿੱਥੇ ਹਿਰਦਾ ਤੇਜ਼, ਉਹ ਤੋਂ ਨਾਲ ਦੀ ਮੀਂਗਣ ਮੈਨੂੰ ਇੱਦਾਂ ਕਰੀ ਜਾਵੇ ਤੇਜ਼ ਤੇਜ਼ ਚਲਾਓ, ਉਹ ਵੀ ਮੇਰੇ ਕੋਲ ਭਾਈ ਗਲਵਜ਼ ਪਾ ਕੇ ਕਹਿੰਦਾ ਭੈਣੇ ਤੇਜ਼ ਤੇਜ਼ ਚਲਾ, ਹਾਏ ਹਾਏ 8 ਘੰਟੇ ਦਾ ਠੀਕ ਸੀਗੇ, ਬਾਅਦ 'ਚ 2 ਘੰਟੇ ਤਾਂ ਉਹ ਪੁੱਛੋ ਨਾ ਕਰਵਾਉਣ, ਅਤੇ ਠੰਡ 'ਚ ਮਾਰ ਛੱਡਿਆ ਮੈਨੂੰ ਬਟੇਰਾ ਨਾਲ ਫੜਾਵੇ ਵਰਾਜ, ਇੱਕ ਤਾਂ ਸਿਰ ਦੁਖੀ ਜਾਂਦਾ ਉੱਤੋਂ ਹੱਸੀ ਜਾਂਦੇ ਹੋ, ਹਾਏ ਵੇ ਸਿਰ ਗਰਮਾ ਤਾਂ ਚੁੰਨੀ ਫੜਾਵੇ ਸਿਰ ਦੁਖਦਾ, ਹਰਮਨ ਤੂੰ ਕੀ ਕਰੀ ਇੱਦਾਂ ਇੱਥੇ ਪਾਣੀ ਫੜਾ ਦੇ, ਸਿਰ 2 ਘੰਟੇ ਤਾਂ ਬਾਲੇ ਆਦਿ ਔਖੇ ਸੀਗੇ, ਬਸ ਵੈਰੀ ਗੁੱਡ ਵੈਰੀ ਗੁੱਡ, ਇਹ ਬਾਈ ਸਿੰਘ ਮੇਰੀ ਜਿੰਨਾ ਵੀ ਫਰੂਟ ਉਹ ਕੱਟਣਾ ਪੈਂਦਾ ਭਾਵੇਂ ਤੁਹਾਨੂੰ 12 ਲੱਗਣ ਭਾਵੇਂ 14 ਲੱਗਣ, ਪਹਿਲੇ ਦਿਨ ਮੈਨੂੰ ਕਹਿੰਦੇ 14 ਘੰਟੇ ਲਾਉਣੇ ਪੈਣਗੇ, ਤਾਂ ਬੱਸ ਹੋ ਗਈ, ਫਿਰ ਮੈਂ ਤਾਂ 10 ਘੰਟਿਆਂ ਬਾਅਦ ਸ਼ਾਇਦ ਉਹਨਾਂ ਨੂੰ ਕਹਿਤਾ, ਮੈਂ ਕਿਹਾ ਮੈਂ ਸੋਰੀ ਵੀ ਮੈਂ ਤਾਂ ਪਹਿਲੇ ਦਿਨ ਆਈ ਹਾਂ, ਇਸ ਤੋਂ ਉੱਪਰ ਹੁਣ ਮੈਂ ਨੀ ਕਰ ਸਕਦੀ ਹੈਗੀ, ਫਿਰ ਉਹ ਮੈਨੂੰ ਕਹਿੰਦੇ ਅੱਜ ਤੁਹਾਡਾ ਪਹਿਲਾ ਦਿਨ ਹੈ ਤੁਹਾਨੂੰ ਮਾਫ਼ ਕਰ ਦਿੰਦੇ ਹਾਂ, ਮਤਲਬ ਚਲੋ ਚਲੇ ਜਾਓ ਘਰ 10 ਤੋਂ ਬਾਅਦ, ਪਰ ਕੱਲ੍ਹ ਨੂੰ ਤੁਹਾਨੂੰ ਮਤਲਬ ਜੇ ਅਸੀਂ 14 ਕਵਾਂਗੇ 14 ਹੀ ਲਾਉਣੇ ਪੈਣਗੇ, ਫਿਰ ਘਰ ਵੀ ਵੇਖੋ ਕੰਮ ਕਰਨਾ ਸਾਰਾ, ਹਨਾ ਮੈਂ ਅਗਲੇ ਦਿਨ ਗਈ ਹੋਈ ਨਹੀਂ ਯਾਰ, ਹੁੰਦਾ ਵੀ ਨਹੀਂ ਇੰਨਾ, 14 ਘੰਟੇ ਤਾਂ ਯਾਰ ਭਾਜੀ ਧੱਕਾ ਭਾਜੀ ਧੱਕਾ ਹੈ